ਹੁਣ ਇਹਨਾਂ ਦੋਹਾਂ ਦੀ ਕੰਟਰੋਵਰਸੀ ਕਾਦੀ ਚੱਲਦੀ ਆ ਚੱਲੀ ਜਾਂਦੀ ਆ ਪਰ ਇਸ ਕੰਟਰੋਵਰਸੀ ਵਿੱਚ ਇੱਕ ਤੀਜਾ ਬੰਦਾ ਵਿਚਾਰਾ ੱੱਕੇ ਨਾਲ ਹੀ ਰਗੜਾਇਆ ਜਾ ਰਿਹਾ ਹੈ ਇਤੋਂ ਪਹਿਲਾਂ ਤੀਜੇ ਬੰਦੇ ਦੀ ਸਟੋਰੀ ਸ਼ੁਰੂ ਕਰਾਂ ਉਸ ਤੋਂ ਪਹਿਲਾਂ ਸਟੋਰੀ ਦਾ ਮੁੱਦਾ ਸਮਝ ਲਓ ਤੁਸੀਂ ਨਵਾਨ ਸੰਧੂ ਦਾ ਆਹ ਵਾਲਾ ਗਾਣਾ ਤਾਂ ਸੁਣਿਆ ਹੀ ਹੋਣਾ ਆਂ ਦੀ ਦੇ ਭਾਵੇਂ ਵੱਦ ਲੱਗ ਜਾਣੇ ਕਿਹ ਕਿਤੇ ਬਾਲੂ ਦੋ ਦੋ ਹੁਣ ਇੱਕ ਵਾਰੀ ਆਹ ਵਾਲਾ ਗਾਣਾ ਵੀ ਸੁਣੋ ਦੀ ਦੇ ਭਾਵੇਂ ਵੱਦ ਲੱਗ ਜਣ ਬਾਲਣੇ ਹਿਗਾਤੇ ਦੋ ਦੋ ਹੈ ਨਾ ਡਿੱਟੋ ਸੇਮ ਕਾਪੀ ਬਿਲਕੁਲ ਇਸੇ ਤਰ੍ਹਾਂ ਦੀਆਂ ਗੱਲਾਂ ਅਤੇ ਗਾਲਾਂ ਲੋਕੀ ਇਸ ਬਾਈ ਦੇ ਕਮੈਂਟਾਂ ਵਿੱਚ ਕਰ ਰਹੇ ਆ ਹੁਣ ਇਹਦੇ ਪਿਛਲੀ ਸਟੋਰੀ ਸਮਝੋ ਇਸ ਬਾਈ ਦਾ ਨਾਮ ਹੈਪੀ ਦੀਦਾਰ ਹੈਪੀ ਦੀਦਾਰ ਨੇ ਆਪਣਾ ਗਾਣਾ ਰੈਡੀ ਕਰਕੇ ਰੱਖਿਆ ਸੀ ਤੇ ਰਿਲੀਜ਼ ਕਰਨ ਵਾਸਤੇ ਆਪਣੇ ਇੰਸਟਾਗ੍ਰam ਅਕਾਊਂਟ ਉੱਤੇ ਪੋਸਟਾਂ ਵੀ ਜਾਰੀ ਕਰ ਦਿੱਤੀਆਂ ਸੀ ਪਰ ਹੋਇਆ ਕਿ ਬਾਈ ਦੇ ਕਿਸੇ ਕਰੀਬੀ ਦੀ ਮੌਤ ਹੋਣ ਕਾਰਨ ਇਸ ਗਾਣੇ ਨੂੰ ਥੋੜਾ ਜਿਹਾ ਡਿਲੇ ਕਰਨਾ ਪੈ ਗਿਆ ਪਰ ਉਸ ਤੋਂ ਪਹਿਲਾਂ ਹੀ ਨਵਾਨ ਸੰਧੂ ਨੇ ਇਸ ਸੇਮ ਲਾਈਨਾਂ ਵਾਲਾ ਗਾਣਾ ਅਪਲੋਡ ਕਰ ਦਿੱਤਾ ਸੀ ਜਦੋਂ ਦੀਦਾਰ ਹੈਪੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਦੀਦਾਰ ਹੈਪੀ ਬਹੁਤ ਜ਼ਿਆਦਾ ਡੀਮੋਟੀਵੇਟ ਹੋ ਚੁੱਕਾ ਸੀ ਤੇ ਇਹ ਸੋਚਣ ਲੱਗ ਗਿਆ ਕਿ ਹੁਣ ਮੈਨੂੰ ਆਪਣਾ ਗਾਣਾ ਰਿਲੀਜ਼ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਲੋਕਾਂ ਨੇ ਇਸ ਗੱਲ ਦਾ ਯਕੀਨ ਤਾਂ ਨਹੀਂ ਕਰਨਾ ਮੈਨੂੰ ਕਾਪੀ ਕੈਟ ਹੀ ਕਹਿਣਾ ਆ ਹੁਣ ਇੱਥੇ ਇਹ ਵੀ ਨਹੀਂ ਕਿ ਨਵਾਂ ਸੰਧੂ ਨੇ এবੜਾ ਗਾਣਾ ਕਿਤੇ ਪਹਿਲਾਂ ਸੁਣ ਲਿਆ ਸੀ ਤੇ ਉਹਨੇ ਕਾਪੀ ਕਰ ਲਿਆ ਦਰਅਸਲ ਇਹ ਇੱਕ ਕਹਾਵਤ ਹੈ ਵਾ ਇੱਕ ਮੁਹਾਵਰਾ ਆ ਸੋ ਉਸੇ ਮੁਹਾਵਰੇ ਨੂੰ ਦੀਦਾਰ ਹੈਪੀ ਨੇ ਯੂਜ਼ ਕੀਤਾ ਤੇ ਉਸੇ ਮੁਹਾਵਰੇ ਨੂੰ ਨਵਾਂ ਸੰਦੂ ਨੇ ਦੀਦਾਰ ਹੈਪੀ ਬਾਈ ਦੀ ਆਵਾਜ਼ ਅਤੇ ਲਿਖਤ ਬਹੁਤ ਘੈਂਟ ਵਾ ਇਹੋ ਜੀ ਆਵਾਜ਼ ਵਿੱਚ ਚਾਹੀ ਕਿਸੇ ਕੈਟਾਗਰੀ ਦਾ ਵੀ ਗਾਣਾ ਗਾ ਲੋ ਘੈਂਟ ਹੀ ਲੱਗੂਗਾ ਇਸ ਤੋਂ ਪਹਿਲਾਂ ਦੀਦਾਰ ਹੈਪੀ ਬਾਈ ਇਹੋ ਜੇ ਕਮੈਂਟ ਦੇਖਣ ਤੋਂ ਬਾਅਦ ਡੀਮੋਟੀਵੇਟ ਹੋ ਕੇ ਗਾਣਾ ਹੀ ਛੱਡ ਦੇ ਹਿੱਟ ਹੋਣ ਤੋਂ ਪਹਿਲਾਂ ਹੀ ਸਾਨੂੰ ਬਾਈ ਦੀ ਸਪੋਰਟ ਕਰਨੀ ਚਾਹੀਦੀ ਹੈ ਤੇ ਮੈਂ ਬਾਈ ਦੀ ਸਪੋਰਟ ਵਿੱਚ ਹਾਂ